ਜਿੱਥੇ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 8 ਦਿਨਾਂ ਤੋਂ ਦਿੱਲੀ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਹੀ ਦੂਜੇ ਪਾਸੇ ਅੱਜ ਜਲੰਧਰ ਵਿੱਚ ਵਿਦਿਆਰਥੀ ਵੀ ਹੁਣ ਕਿਸਾਨਾਂ ਦੇ ਹੱਕ ਵਿੱਚ ਉਤਰਦੇ ਨਜ਼ਰ ਆਏ ਨੇ। ਵਿਦਿਆਰਥੀਆਂ ਵੱਲੋਂ ਨੋ ਫਾਰਮਰ ਨੋ ਫੂਡ ਤੇ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਗਾਏ ਗਏ ਤੇ ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਗੱਲ ਕੀਤੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਉਹਨਾਂ ਕਿਹਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਬੇਸੁੱਧ ਹੋ ਗਿਆ ਹੈ ਕਿ ਉਸਨੂੰ ਕਿਸਾਨਾਂ ਵੱਲੋਂ ਲਗਾਈ ਗਈ ਗੁਹਾਰ ਸੁਣਾਈ ਹੀ ਨਹੀਂ ਦਿੰਦੀ। ਉਹਨਾਂ ਕਿਹਾ ਕਿ ਸਾਡੇ ਦੇਸ਼ ਦਾ ਪੀਐਮ ਫਾਲਤੂ ਦੇ ਕੰਮਾਂ ਵਿੱਚ ਇੰਨਾ ਵਿਅਸਤ ਹੈ ਕਿ ਉਸ ਕੋਲ ਸਾਡੇ ਲਈ ਸਮਾਂ ਹੀ ਨਹੀਂ ਹੈ। ਹਾਂਜੀ, ਮੇਰਾ ਤਾਂ ਇਹ ਮੈਨੂੰ ਅੱਜ ਸ਼ਰਮ ਆ ਰਹੀ ਆ ਕਹਿੰਦੇ ਹੋਏ ਕਿ ਸਾਡਾ ਪੀਐਮ ਇੰਨਾ ਇਗਨੋਰੈਂਟ ਆ। ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਇੰਨੇ ਵਰਗ ਦੇ ਲੋਕ ਅੱਜ ਰੋ ਰਹੇ ਆ ਘਰਾਂ 'ਚ ਬੈਠ ਕੇ, ਠੀਕ ਆ। ਸਾਡੇ ਯੰਗ ਲੋਕਾਂ ਦਾ ਖੂਨ ਖੋਲ ਗਿਆ ਇਸ ਚੀਜ਼ ਨੂੰ ਦੇਖ ਕੇ, ਜਿਹੜੇ ਕਿ ਬਹੁਤ ਮਸ਼ਹੂਰ ਆ ਕਿ ਅਸੀਂ ਸਾਰਾ ਦਿਨ ਫੋਨਾਂ ਦੇ ਬਿਜ਼ੀ ਹੁੰਦੇ ਹਾਂ। ਸਾਡਾ ਪੀਐਮ ਅੱਜ ਕੀ ਕਰ ਰਿਹਾ ਆ? ਵਾਰਾਣਸੀ ਦੇ ਵਿੱਚ ਇਨੋਗਰੇਸ਼ਨ, ਉਹ ਜ਼ਰੂਰੀ ਨੇ ਅੱਜ? 300 ਕਰੋੜ ਦਾ ਇੱਕ ਪੁਤਲਾ ਖੜਾ ਕਰ ਦਿੱਤਾ, ਠੀਕ ਹੈ। ਅੱਜ ਇੰਨੇ ਲੋਕਾਂ ਦੀ ਉਹਦੇ ਕੋਲ ਸੁਣੀ ਨਹੀਂ ਜਾ ਰਹੀ, ਠੀਕ ਹੈ। ਉਹਦੇ ਕੋਲ ਟਾਈਮ ਨਹੀਂ ਹੈਗਾ, ਉਹਨੂੰ ਲੱਗ ਰਿਹਾ ਹੈ ਕਿ ਇਹ ਅਨਪੜ੍ਹ ਲੋਕ ਨੇ, ਇਹਨਾਂ ਨੂੰ ਸਮਝ ਨਹੀਂ ਆਉਣੀ। ਲੇਕਿਨ ਇਹਨਾਂ ਦੀਆਂ ਜਰਨੇਸ਼ਨਸ ਪੜ੍ਹ ਗਈਆਂ ਨੇ, ਇਹਨਾਂ ਦੀਆਂ ਜਰਨੇਸ਼ਨਸ ਅੱਜ ਅਫਸਰ ਬਣ ਗਈਆਂ ਨੇ, ਇਹ ਪੜ੍ਹ ਲੋਕ ਗਏ ਨੇ। ਅਸਾਂ ਐਂਟੀ ਨੈਸ਼ਨਲ ਲੋਕ ਨਹੀਂ ਆ, ਅਸੀਂ ਇਸ ਨੇਸ਼ਨ ਦਾ ਵੈਲਫੇਅਰ। ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੈਨੇਡਾ ਦੇ ਪੀਐਮ ਤੱਕ ਅੱਜ ਆਪਣੀ ਪ੍ਰੈਜੈਂਸ ਦੇ ਰਹੇ, ਆਪਣੇ ਵਿਊਜ਼ ਦੇ ਰਹੇ ਆ, ਲੇਕਿਨ ਸਾਡਾ ਪੀਐਮ ਆਰਾਮ ਨਾਲ ਬੈਠਾ ਹੋਇਆ ਹੈ। ਇਹ ਪੋਲੀਟਿਕਸ ਨਾ ਖੇਲੋ, ਸਾਨੂੰ ਪੂਰੀ ਆਪਣੀ। ਅੱਛਾ ਕਹਿ ਰਹੇ ਜੀ MSP ਨਹੀਂ ਲਈ, ਅਸੀਂ ਇਹ ਨਹੀਂ ਲਿਆ, ਉਹ ਨਹੀਂ ਲਿਆ। ਫਾਰਮਰ ਨੂੰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਅੰਬਾਨੀ ਜਿਹੜੇ ਆ ਨਾ ਲੋਕ ਤੁਹਾਡੇ ਭਰਾ ਸਕੇ, ਅਸੀਂ ਉਹਨਾਂ ਦੇ ਪੈਰਾਂ 'ਚ ਡਿੱਗੀਏ? ਆਪਾਂ ਉਹਨਾਂ ਤੋਂ ਰੋਜ਼ 9-9 ਰੁਪਏ ਦੀ ਆਪਣੀ ਵੀਟ ਵੇਚ ਕੇ ਮੁੜ ਕੇ ਇਹ 1000-1000 ਦੇ ਵਿੱਚ ਬੋਰੀਆਂ ਵੇਚਣ, ਅਤੇ ਸਾਡੇ ਵਰਗੇ ਮੂਰਖ ਅਸੀਂ ਖਾਈਏ? ਅਸੀਂ ਇੰਨੇ ਮੂਰਖ ਨਹੀਂ। ਪੰਜਾਬ ਦੀ ਜਨਤਾ ਬਹੁਤ ਐਜੂਕੇਟਿਡ ਆ, ਉਹਨੂੰ ਆਪਣੇ ਹੱਕਾਂ ਲਈ ਲੜਨਾ ਆਉਂਦਾ ਆ। ਜੈ ਜਵਾਨ ਜੈ ਕਿਸਾਨ। ਜੈ ਗੱਲ ਕਰੀਏ ਕਿਸਾਨ, ਜਦੋਂ ਪੰਜਾਬ ਤੋਂ ਕਿਸਾਨ ਮੂਵ ਹੋਏ ਸੀ ਦਿੱਲੀ ਨੂੰ, ਹਰਿਆਣਾ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਕਿਸਾਨ ਹਰਿਆਣਾ ਪੁਲਿਸ ਵੱਲੋਂ ਉਹਨਾਂ ਦੇ ਪਾਣੀ ਦੀਆਂ ਵਿਚਾਰਾਂ ਕੀਤੀਆਂ ਗਈਆਂ, ਆਸੂ ਗੋਲ ਦੇ ਗੋਲੇ ਮਾਰੇ ਗਏ, ਕਈ ਲਾਠੀਚਾਰਜ ਵੀ ਕੀਤੀ ਗਈ ਹੈਗੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਹ ਕਹੂੰਗੀ ਕਿ ਜੇ ਬਾਅਦ ਵਿੱਚ ਪਰਮਿਸ਼ਨ ਦੇਣੀ ਸੀ ਕਿ ਅੰਦਰ ਆ ਜਾਓ, ਬਾਅਦ ਵਿੱਚ ਸਾਰਾ ਕੁਝ ਕਰਨਾ ਹੀ। ਇੱਕ ਤਾਂ ਤੁਸੀਂ ਆਪਣੀ ਇੱਜ਼ਤ ਖਰਾਬ ਕੀਤੀ, ਠੀਕ ਹੈ, ਸਟੇਟ ਦੀ ਗਵਰਨਮੈਂਟ ਦੇ ਮੋਹਰੇ। ਇੱਕ ਤੁਸੀਂ ਸਾਨੂੰ ਇੰਨਾ ਖੱਜਲ ਖਰਾਬ ਕਰ ਰਹੇ ਹੋ। ਤੁਸੀਂ ਜੇ ਸੁਣਨੀ ਆ ਰਹਾ, ਸਭ ਤੋਂ ਵੱਡੀ ਗੱਲ, ਲੋ ਕਿਹਦੇ ਲਈ ਬਣਦਾ? ਫੋਰ ਦਾ ਪੀਪਲ, ਠੀਕ ਹੈ। ਜੇ ਲੋਕਾਂ ਲਈ ਆ, ਲੋਕੀ ਨਹੀਂ ਉਹਨੂੰ ਲੈਣਾ ਚਾਹੁੰਦੇ, ਜੇ ਅਸੀਂ ਉਹਨੂੰ ਨਹੀਂ ਲੈਣਾ ਫਿਰ ਬਣਾ ਕਿਉਂ ਰਹੇ ਹਾਂ? ਦੱਸੋ, ਸਿਰਫ ਇਸ ਕਰਕੇ ਕਿ ਛੋਟਾ ਜਿਹਾ ਵਰਗ ਜਿਹੜਾ ਅਮੀਰ ਆ ਉਹਦੀ ਸੁਣ ਲਈ ਜਾਵੇ, ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ ਜਾਣ, ਸਾਡੇ ਵਰਗੇ ਲੋਕਾਂ ਨੂੰ ਆਰਾਮ ਨਾਲ ਮੂਰਖ ਬਣਾ ਲਓ? ਨੋ, ਇੱਦਾਂ ਨਹੀਂ ਹੋਏਗਾ। ਅਸੀਂ ਆਪਣੇ ਹੱਕਾਂ ਲਈ ਲੜਨਾ ਜਾਣਦੇ ਹਾਂ। ਨਾਲੇ ਜਿਹੜੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਹਾਂ, ਜੇ ਬਾਅਦ ਵਿੱਚ ਸਾਰਾ ਕੁਝ ਖੋਲ੍ਹਣਾ ਸੀਗਾ, ਬਾਅਦ ਵਿੱਚ ਸਾਰੀ ਪਰਮਿਸ਼ਨਸ ਦੇਣੀਆਂ ਸੀਗੀਆਂ, ਉਦੋਂ ਤੁਸੀਂ ਇੰਨਾ ਕੁਝ ਕਿਉਂ ਕੀਤਾ? ਕਿਉਂਕਿ ਤੁਸੀਂ ਇਹਨੂੰ ਖਾਲਿਸਤਾਨ ਦਾ ਡਿਵਰਸ਼ਨ ਇੱਕ ਦੇਣਾ ਚਾਹੁੰਦੇ ਸੀ, ਤੁਸੀਂ ਚਾਹੁੰਦੇ ਸੀਗੇ ਖਾਲਿਸਤਾਨ ਦਾ ਨਾਮ ਵਿੱਚ ਕਰ ਦਈਏ, ਸਾਨੂੰ ਬਦਨਾਮ। ਅਸੀਂ ਇੰਨੇ ਮੂਰਖ ਨਹੀਂ, ਸਾਡਾ ਐਗਜੈਕਟਲੀ ਸਾਡਾ ਇੱਕ ਹੀ ਮੋਟਿਵ ਹੈ ਸਾਰਾ ਕੁਝ ਕਰਨ ਦਾ, ਉਹ ਹੈਗਾ ਆ ਸਾਡੇ ਕਿਸਾਨ ਵੀਰ ਭੈਣਾਂ ਦੀ ਰੱਖਿਆ ਕਰਨਾ। ਅਸੀਂ ਉਹਨਾਂ ਦੇ ਸਪੋਰਟ 'ਚ ਅੱਜ ਖੜੇ, ਜਿਹੜੇ ਦਿੱਲੀ ਜਾ ਕੇ ਖੜੇ ਹੋ ਸਕਦੇ, ਕੀ ਗੱਲ ਅਸੀਂ ਆਪਣੇ ਸ਼ਹਿਰਾਂ 'ਚ ਨਹੀਂ ਖੜੇ ਹੋ ਸਕਦੇ? ਠੀਕ ਆ, ਹੋਰ ਸਾਡਾ ਕੋਈ ਅੱਜ ਗੱਲ ਕਰੀਏ, ਉਹਨਾਂ ਦਾ ਕਹਿਣਾ ਸੀ ਐਵੇਂ ਕਿਸਾਨ ਜਿਹੜੇ ਆ ਰਹੇ ਨੇ ਸਾਨੂੰ ਹਰਿਆਣੇ ਦੇ ਵਿੱਚ ਖਤਰਾ ਹੈਗਾ ਵਾ, ਹਾਂ ਵੀ ਕੁਝ ਵੀ ਕਰ ਸਕਦੇ ਵਾ, ਖੱਟਰ ਸਾਹਿਬ ਦੇ ਬਿਆਨ ਸੀ। ਦੇਖੋ, ਮੈਂ ਇਹ ਕਹੂੰਗੀ, ਪਹਿਲੀ ਗੱਲ ਮੈਂ ਐਵੇਂ ਝੂਠ ਨਹੀਂ ਬੋਲੂੰਗੀ, ਮੈਂ ਇਹ ਸਟੇਟਮੈਂਟ ਨਹੀਂ ਸੁਣੀ, ਬਟ ਮੈਂ ਜਰਨਲ ਇੱਕ ਵਿਊ ਦਊਂਗੀ ਆਪਣਾ। ਮੈਂ ਉਸ ਸਟੇਟਮੈਂਟ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੀ। ਅਸੀਂ ਸਾਰੇ ਸਟੇਟਸ ਨੂੰ ਇੱਕ ਦੂਜੇ ਨੂੰ ਹੱਕ ਆ ਕਿ ਅਸੀਂ ਇੱਕ ਸਟੇਟ ਤੋਂ ਦੂਸਰੀ ਸਟੇਟ ਮੂਵ ਕਰ ਸਕਦੇ ਹਾਂ, ਅਤੇ ਸਾਡੇ ਪਤਾ ਨਹੀਂ ਕਿੰਨੇ ਕੁ ਪੰਜਾਬ ਦੇ ਵੀਰ ਨੇ ਜਿਹੜੇ ਉੱਥੇ ਆਪਣੀਆਂ ਕੁੜੀਆਂ ਮਾਵਾਂ ਭੈਣਾਂ ਵਿਆਹੁੰਦੇ ਆ, ਠੀਕ ਆ, ਉਹਨਾਂ ਦੇ ਵੀਰ ਇੱਥੇ ਆਉਂਦੇ ਆ। ਉਦੋਂ ਤਾਂ ਸਾਨੂੰ ਕਦੇ ਖਤਰਾ ਨਹੀਂ ਹੋਇਆ ਇੱਕ ਦੂਜੇ ਨਾਲ, ਅਸੀਂ ਰੋਜ਼ ਹਰਿਆਣੇ ਜਾਂਦੇ ਹਾਂ, ਹਰਿਆਣੇ ਵਾਲੇ ਲੋਕ ਇੱਥੇ ਆਉਂਦੇ, ਸਾਡੀ ਹਾਈ ਕੋਰਟ ਸੇਮ, ਸਾਡੇ ਰੋਜ਼ ਇੱਕ ਦੂਜੇ ਨਾਲ ਵਕੀਲ ਜੱਜ ਸਾਰੇ ਇੱਕ ਦੂਜੇ ਨੂੰ ਮਿਲਦੇ, ਕੋਈ ਖਤਰਾ ਨਹੀਂ। ਅੱਜ ਕਿੱਦਾਂ ਖਤਰਾ ਹੋ ਗਿਆ ਇਹ ਅਚਾਨਕ? ਇਹ ਕੋਈ ਇਹ ਸਾਰੀ ਡਿਵਰਟ ਕਰਨ ਵਾਲੀਆਂ ਗੱਲਾਂ ਆ। ਤੁਹਾਨੂੰ ਨਹੀਂ ਲੱਗਦਾ ਐਵੇਂ ਜਿਹੜੇ ਇਲੈਕਸ਼ਨ ਆ ਰਹੇ, ਇਲੈਕਸ਼ਨਾਂ ਦੀ ਪੋਲਿਟਿਕਸ ਇੱਕ ਕਿੱਡੀ ਜਾ ਰਹੀ? ਦੇਖੋ, ਮੈਂ ਨਾ ਇਹਨਾਂ ਵਿੱਚ ਇੰਟਰਸਟ ਕਰਦੀ ਹਾਂ, ਨਾ ਮੇਰੀ ਸਟੇਟਮੈਂਟ ਇਹ ਤਾਂ ਦਊਂਗੀ। ਇਹ ਇਲੈਕਸ਼ਨ, ਇਹ ਜੋ ਮੈਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ, ਇਲੈਕਸ਼ਨ ਇਹ ਬਹੁਤ ਸਾ, ਇਹ ਡਿਵਰਟ ਕਰਨ ਵਾਲੀਆਂ ਗੱਲਾਂ ਆ। ਜਿਹਨੇ ਆਉਣਾ ਉਹਨੇ ਆ ਹੀ ਜਾਣਾ, ਜਿਹਨੇ ਕੰਮ ਕਰਨਾ ਕਰ ਹੀ ਲੈਣਾ, ਠੀਕ ਆ। ਸਾਰੀ ਗਵਰਨਮੈਂਟ 'ਚ ਪ੍ਰੋਜ਼ ਐਂਡ ਕੌਨਸ ਹੁੰਦੇ ਆ, ਇਹਦੇ ਵਿੱਚ ਕੋਈ ਹੋਰ ਗੱਲ ਨਹੀਂ। ਕਿਉਂ ਕਿਸਾਨਾਂ ਨੂੰ ਅੱਜ ਮੈਂ ਉਹ ਤੁਹਾਨੂੰ ਸਾਫ ਕਹਿਤਾ, ਹੀ ਵਾਂਟਸ ਰਿਚ ਪਰਸਨ ਟੂ ਬੀ ਮੋਰ ਰਿਚਰ ਐਂਡ
ਪੂਅਰ ਪਰਸਨ ਟੂ ਬੀ ਮੋਰ ਪੂਅਰ। ਠੀਕ ਹੈ, ਇਹ ਗਰੀਬ ਨੂੰ ਹੋਰ ਗਰੀਬ ਕਰਨ ਵਾਲੀਆਂ ਗੱਲਾਂ, ਹੋਰ ਕੁਛ ਨਹੀਂ ਹੈਗਾ। ਨਿਊਜ਼ ਡੈਸਕ ਤੋਂ ਸ਼ਿਖਾ ਦੇ ਨਾਲ ਬਿਊਰੋ ਰਿਪੋਰਟ, ਵੋਇਸ ਆਫ ਪੰਜਾਬ, ਜਲੰਧਰ।